ਕਿਲੇ ਦਾ ਬਾਈ ਕਿਲੇ ਦਾ ਤੁਸੀਂ ਕਹਿ ਰਹੇ ਸੀ ਨਾ ਕਿ ਤੁਹਾਡਾ ਜੀਵਨ ਸੁੱਖਾ ਹੋ ਸਕਦਾ ਰੇਹੜੀ ਦੇ ਨਾਲ, ਜੂਸ ਦੀ ਰੇਹੜੀ ਦੇ ਨਾਲ। ਗੁਰੂ ਰਾਮਦਾਸ ਪਾਤਸ਼ਾਹ ਨੇ ਤੁਹਾਨੂੰ ਰੇਹੜੀ ਦੇ ਦਿੱਤੀ, ਧੰਨ ਗੁਰੂ ਰਾਮਦਾਸ ਨੇ ਦੇ ਦਿੱਤੀ। ਨਹੀਂ ਰੋਣਾ ਨਹੀਂ, ਰੋਣਾ ਨਹੀਂ, ਰੋਣਾ ਨਹੀਂ, ਅੱਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਤੁਹਾਨੂੰ ਰੇਹੜੀ ਦੇ ਦਿੱਤੀ, ਠੀਕ ਹੈ। ਇਹ ਹੁਣ ਤੁਸੀਂ ਕੱਲ੍ਹ ਇਸ ਐਡਰੈਸ 'ਤੇ ਆ ਜਾਓ, ਨਹੀਂ ਰੋਣਾ ਨਹੀਂ ਮੇਰੇ ਭਾਣੇ, ਬੜਾ ਭਾਰ ਚੱਕ ਲਿਆ ਮੋਢਿਆਂ 'ਤੇ, ਹੁਣ ਤੇਰਾ ਭਾਰ ਗੁਰੂ ਰਾਮਦਾਸ ਪਾਤਸ਼ਾਹ ਨੇ ਮੈਨੂੰ ਕਹਿ ਕੇ ਘੱਟ ਕਰਤਾ, ਠੀਕ ਹੈ। ਹੁਣ ਧੰਨ ਗੁਰੂ ਰਾਮਦਾਸ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਸਿੰਘ ਸਾਹਿਬ ਚੜ੍ਹਦੀ ਕਲਾ ਜੀ, ਹੋਰ ਪਿਆਰੋ ਠੀਕ ਹੈ ਜੀ, ਚੜ੍ਹਦੀ ਕਲਾ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵੇਖ ਲਈ ਰੇਹੜੀ, ਹੈਂ ਧੰਨ ਗੁਰੂ ਰਾਮਦਾਸ। ਅੱਛਾ ਜੀ, ਆਹ ਵੀ ਲੱਗ ਗਿਆ, ਹੈਂ ਠੀਕ ਆ, ਕਿ ਚਲਾ ਲਓਗੇ? ਚਲੋ ਆਹ ਮਰੀ ਚਲਾ ਕੇ ਵੇਖੀਏ ਕਿੱਦਾਂ ਚਲਾਓਗੇ। ਧੰਨ ਗੁਰੂ ਰਾਮਦਾਸ, 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 ਸਵਾਸ ਸਵਾਸ ਗੁਰੂ ਰਾਮਦਾਸ, ਸਵਾਸ ਸਵਾਸ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਵੈਰੀ ਗੁੱਡ। ਹੋ ਜਾਏਗਾ ਕੰਮ ਇਹਦਾ ਨਾ ਸੈੱਟ, ਤੁਹਾਡੀ ਕਿਰਪਾ ਨਾਲ। ਨਹੀਂ ਨਹੀਂ, ਮੇਰੀ ਨਹੀਂ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ। ਅਤੇ ਫਰੂਟ ਦਾ ਹੋ ਜਾਊਗਾ ਵਧੀਆ, ਹੈ ਨਾ ਬਾਬਾ ਜੀ? ਸੋ ਦੀ ਮਿਹਰ ਸਦਕਾਈ, ਗੁਰੂ ਰਾਮਦਾਸ ਜੀ ਦੀ ਮਿਹਰ ਸਦਕਾਈ, ਤੁਹਾਡੇ ਵਰਗੇ ਭਰਾਵਾਂ ਦੀ ਮਿਹਰ। ਨਹੀਂ ਨਹੀਂ, ਸ਼ੁਕਰ ਆ, ਸ਼ੁਕਰ ਆ। ਇਹਦੇ ਨਾਲ ਤੁਸੀਂ ਆਪਣੇ ਉਹ ਕਲੰਡਰ ਵਗੈਰਾ ਲਾ ਲਿਓ, ਅਤੇ ਉਹਦੇ ਨਾਲ ਤੁਹਾਡਾ ਵਧੀਆ ਚੱਲ ਪਊਗਾ। ਇਹ ਤਾਂ ਤੁਸੀਂ ਕਿਸੇ ਵੀ ਥਾਂ 'ਤੇ ਨਾ ਆਪਣੇ ਸੜਕ 'ਤੇ ਲਾ ਕੇ ਜਦੋਂ ਬਹਿ ਜਾਓਗੇ ਨਾ, ਤਾਂ ਤੁਹਾਡਾ ਚੱਲ ਹੀ ਪੈਣਾ ਵਾ। ਜਦੋਂ ਨਾ ਚੱਲੇ ਉਦੋਂ ਕੀ ਕਹਿਣਾ ਵਾ? ਸਵਾਸ ਸਵਾਸ ਗੁਰੂ ਰਾਮਦਾਸ, ਸਵਾਸ ਸਵਾਸ ਗੁਰੂ ਰਾਮਦਾਸ, ਠੀਕ ਹੈ। ਜਿਹੜਾ ਭਾਰ ਸੀ ਮੋਢਿਆਂ ਦਾ, ਉਹ ਵੇਖ ਲਓ ਮਹਾਰਾਜ ਨੇ ਅੱਜ ਖਤਮ ਕਰਤਾ। ਸਹੀ ਗੱਲ ਕਿ ਨਹੀਂ? ਇੰਨਾ ਭਾਰ ਸੀ ਮੇਰੇ ਤਾਂ ਖਿਆਲ ਨਾਲ 15 ਕਿਲੋ ਭਾਰ ਹੋਣਾ ਹੈਗਾ ਸੀ ਨਾ, ਹਾਂ 15 ਕਿਲੋ ਭਾਰ ਹੋਣਾ, ਉਹ ਤੁਹਾਡਾ ਖਤਮ ਹੋ ਗਿਆ। ਅਤੇ ਚਲੋ ਸੋਹਣਾ ਹੋ ਗਿਆ ਤੁਹਾਡਾ ਕੰਮ, ਹੈ ਨਾ। ਅਤੇ ਹੁਣ ਤੁਸੀਂ ਕਰ ਲਓਗੇ ਨਾ ਰੋਜ਼ਗਾਰ ਆਪਣਾ ਵਧੀਆ, ਅਤੇ ਪੈਸੇ ਦੇ ਦਈਏ ਭਾਈ ਸਾਹਿਬ ਉਹਨਾਂ ਨੂੰ, ਅਤੇ ਕਾਹ ਸਿੰਘ ਸਾਹਿਬ ਆਏ ਆ, ਅਤੇ ਇਹ ਤੁਹਾਡੀ ਰੇਹੜੀ ਦੀ ਸੇਵਾ ਅੱਜ ਇਹਨਾਂ ਦੇ ਵੱਲੋਂ ਹੋ ਰਹੀ ਆ, ਭਾਅ ਜੀ ਵੱਲੋਂ। ਇਹ ਭਾਅ ਜੀ ਹੁਣੀ ਆ ਗਏ ਆ, ਇਹਨਾਂ ਦੀ ਭੈਣ ਆ, ਭੈਣ ਬਾਈ ਤੁਹਾਡੀ ਮਨਦੀਪ ਕੌਰ, ਮਨਦੀਪ ਕੌਰ ਭੈਣ ਇਹਨਾਂ ਦੀ, ਬਾਹਰ ਬੈਠੇ ਆ। ਉਹਨਾਂ ਨੇ ਤੁਹਾਡੀ ਵੀਡੀਓ ਦੇਖੀ ਸੀ ਅਤੇ ਉਹਨਾਂ ਨੇ ਸੇਵਾ ਭੇਜੀ ਭਾਅ ਜੀ, ਹਵਾਈ ਉਹਨਾਂ ਨੂੰ, ਹਾਂ ਭੈਣ ਦੀ ਵੱਡੀ ਉਮਰ ਹੋਵੇ। ਨਹੀਂ ਨਹੀਂ, ਮੇਰਾ ਕੋਈ ਸਹਿਯੋਗ ਨਹੀਂ, ਮੈਂ ਤਾਂ ਵੀਰੇ ਘੁੰਮਦਾ ਫਿਰਦਾ, ਆਪ ਨੂੰ ਤੁਹਾਨੂੰ ਕਹਿਣਾ ਅੱਜ ਤੱਕ ਗੁੱਸਾ ਪਾਇਆ ਹੈ, ਮੈਂ ਤਾਂ ਐਵੇਂ ਘੁੰਮਦਾ ਫਿਰਦਾ। ਨਹੀਂ ਨਹੀਂ ਨਹੀਂ, ਪਾਤਸ਼ਾਹ ਸਾਡੇ ਗੁਰੂ ਰਾਮਦਾਸ, ਅਸੀਂ ਤਾਂ ਇਹ ਬਸ ਉਹਨਾਂ ਦੇ ਨਾਲ ਨਾਲ, ਪਰ ਉਹਨਾਂ ਦਾ ਨਾਮ ਦੇ ਨਾਲ ਹੀ ਘੁੰਮੇ ਫਿਰ ਕੇ। ਅੱਜ ਹੁਣ ਆਪਾਂ ਪੈਸੇ ਦੇ ਦਈਏ ਹਰੀ ਸਿੰਘ ਸਾਹਿਬ, ਧੰਨ ਗੁਰੂ ਰਾਮਦਾਸ। ਉਹਨਾਂ ਨਾਲ ਪਿਆਰੇ ਹੋ, ਪੈਸੇ ਦੀ ਲੋੜ ਨਹੀਂ, ਨਹੀਂ ਨਹੀਂ ਇੱਦਾਂ ਨਾ ਕਰੋ, ਬੇਨਤੀ ਹੈ, ਬੇਨਤੀ ਹੈ, ਨਹੀਂ ਇੰਜ ਨਾ ਕਰੋ, ਤੁਹਾਡੀ ਸੇਵਾ ਵਾਸਤੇ ਸੰਗਤਾਂ ਲੜਦੀਆਂ ਪਈਆਂ ਤੁਹਾਡੇ ਪੈਸੇ ਵਾਸਤੇ। ਆਹ ਦੇਖੋ ਇੱਧਰੋਂ ਆਹ ਵੀਰ ਦੇਈ ਜਾਂਦਾ, ਇੱਧਰੋਂ ਆਹ ਵੀਰ ਦੇਣ ਵਾਸਤੇ ਆਇਆ ਹੋਇਆ, ਦੇਖ ਲਓ ਤੁਹਾਡੀ ਸੇਵਾ ਵਾਸਤੇ ਆਹ ਵੀਰ ਵੀ ਆ ਗਿਆ, ਇੱਧਰੋਂ ਆਹ ਵੀਰ ਵੀ ਆ ਗਿਆ, ਅਤੇ ਆਹ ਵੀਰ ਜੀ ਤੁਹਾਡੀ ਸੇਵਾ ਇਕੱਠੀ ਹੋ ਗਈ, ਗੁਰੂ ਸਾਹਿਬ ਨੇ ਭੇਜੀ ਆ, ਤੁਸੀਂ ਦੇ ਦਿਓ ਤਾਂ ਆਪਣੀ ਜਿਹੜੀ ਲੈ ਲਓ ਉਹਨਾਂ ਕੋਲੋਂ, ਦੇਖ ਲਓ ਪਿਆਰਿਓ, ਲੋ ਜੀ ਸਿੰਘ ਸਾਹਿਬ, ਅਤੇ
ਹਾਂਜੀ ਬਾਬਾ ਦੀਪ ਸਿੰਘ ਜੀ ਨੇ ਭੇਜੇ, ਬਿਲਕੁਲ ਜੀ ਬਿਲਕੁਲ, ਤੁਹਾਡੇ ਵਰਗੇ ਵੀਰ ਜਿਹੜੇ ਆ ਕੇ ਖੜ ਜਾਂਦੇ ਵੀਰੇ, ਬੜਾ ਮਾਣ ਆ ਤੁਹਾਡੇ ਸਾਰਿਆਂ ਤੇ। ਇਧਰੋਂ ਇਹਨਾਂ ਵੱਲੋਂ ਆਈ ਆ ਭੈਣ ਜੀ ਵੱਲੋਂ, ਇਹਨਾਂ ਦੀ ਭੈਣ ਆ ਬਾਹਰ ਮਨਦੀਪ ਕੌਰ, ਉਹਨਾਂ ਨੇ ਭੇਜੀ ਆ। ਇਧਰ ਤੁਸੀਂ ਵੀ ਦੱਬੀ ਤੌਰ ਤੇ ਆ ਗਏ, ਤੁਸੀਂ ਵੀਡੀਓ ਵੇਖ ਕੇ ਆਏ ਭਾਜੀ, ਤੁਹਾਨੂੰ ਪਤਾ ਲੱਗ ਗਿਆ ਕਹਿਣਾ ਵਾ ਅਸੀਸਾਂ ਇਹਨਾਂ ਨੂੰ, ਅਜਿਹੇ ਗੁਰਸਿੱਖਾਂ ਨੂੰ, ਇਹਨਾਂ ਦੇ ਬੱਚਿਆਂ ਦੇ ਲਈ, ਹਨਾ, ਜਿਹਨੇ ਤੁਹਾਡੇ ਵਾਸਤੇ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ, ਧੰਨਵਾਦ ਜੀ ਤੁਹਾਡਾ ਵੀ ਵੀਰ ਜੀ। ਹੁਣ ਤੁਸੀਂ ਮਿਹਨਤ ਕਰਨੀ, ਕਾਰਜ ਕਰਨੇ, ਠੀਕ ਹੈ ਜੀ, ਅਤੇ ਆਪਣੀ ਕਿਰਤ ਕਮਾਈ ਕਰਨੀ ਹੈ, ਠੀਕ ਹੈ। ਹੁਣ ਤੁਸੀਂ ਵੀਰ ਫ੍ਰੀ ਹੋ, ਲੈ ਜਾਓ ਹੁਣ ਤੁਸੀਂ ਜਿਹੜੀ ਹੋਲੀ ਹੋਈ, ਠੀਕ ਹੈ, ਚਲੋ ਠੀਕ ਹੈ ਪਿਆਰਿਓ। ਮੈਂ ਨਾ ਕਿ ਭਰਾ ਦਾ ਦਿਲੋਂ ਧੰਨਵਾਦ, ਨਹੀਂ ਭਰਾ ਦਾ ਨਹੀਂ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਿਲੋਂ ਧੰਨਵਾਦ, ਠੀਕ ਹੈ ਨਾ। ਹਾਂਜੀ ਹਾਂਜੀ, ਚਲੋ ਤੁਹਾਡਾ ਧੰਨਵਾਦ। ਇਹ ਰਾਤੀ ਵੇਖੀ ਸਵੇਰੇ ਭਾਜੀ ਨਹੀਂ ਆ ਗਏ ਆ, ਦੇਖ ਲਓ, ਸ਼ੁਕਰ ਹੈ ਸੇਵਾ ਕਰਵਾਈ ਹੈ, ਬਿਲਕੁਲ ਬਿਲਕੁਲ, ਗੁਰਾਮਦਾਸ ਪਾਤਸ਼ਾਹ ਨੇ ਸੇਵਾ ਕਰਵਾਈ ਹੈ, ਸੇਵਾ ਹੈ। ਜੀ 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 ਜੀ, ਭੈਣ ਸਾਡੀ ਦੀ ਬਾਬਾ ਦੀ ਸੋ ਇੰਨੀ, ਗੁਰੂ ਰਾਮਦਾਸ ਇੰਨੀ ਤਰੱਕੀ ਉਹਨੂੰ ਬਖਸ਼ੇ, ਬਰੂਹਾਂ ਤੱਕ ਉਹ ਭੈਣ ਦੇ ਰੋਲੇ, ਬਰੂਹਾਂ ਤੱਕ ਭਰਾਵਾਂ ਦੇ ਰੋਲੇ, ਬਰੂਹਾਂ ਤੱਕ ਸਾਰੇ ਵੀਰਾਂ ਦਾ, ਉਹ ਵੀਰ ਦਾ ਦਿਲੋਂ ਧੰਨਵਾਦ ਆ ਕਿ ਜਿਹਨੇ ਭਰਾ ਦੀ ਸਜਾ, ਬਿਲਕੁਲ ਬਿਲਕੁਲ, ਧੰਨਵਾਦ ਬੀਬੀ ਤੁਹਾਡਾ ਬਹੁਤ ਬਹੁਤ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨਾ ਕਰਦੇ ਹੈ, ਨਹੀਂ ਦਰਸ਼ਨ ਗੁਰੂ ਰਾਮਦਾਸ ਪਾਤਸ਼ਾਹ ਕਰਨੇ। ਇੱਕ ਜਲੇਬੀਆਂ ਲੈ ਕੇ ਜਾਇਓ ਭੈਣ ਦੇ ਵਾਸਤੇ, ਕੋਈ ਗੱਲ ਨਹੀਂ, ਉਹ ਜ਼ਰੂਰ ਜ਼ਰੂਰ, ਚਲੋ ਠੀਕ ਹੈ, ਜਲੇਬੀ ਦਾ ਆਪਣਾ ਸ਼ਕੀਨ ਹੈ, ਆਪ ਸ਼ਕੀਨ, ਬਾਅਦ ਵਿੱਚ ਜਲੇਬੀਆਂ ਲੈ ਕੇ ਜਾਇਓ ਸ਼ਾਮੀ ਜਾਣਗੇ, ਠੀਕ ਹੈ ਜੀ, ਚਲੋ ਪਿਆਰਿਓ, ਠੀਕ ਹੈ, ਪਹੁੰਚੋ ਦੀ, ਧੰਨਵਾਦ ਜੀ ਸਾਰਿਆਂ ਦਾ, ਜੱਫੀ ਪਾ ਲਓ, ਜੱਫੀ ਪਾ ਲਓ ਸਾਰਿਆਂ ਨੇ, ਵਾਹਿਗੁਰੂ 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 ਵਾਹਿਗੁਰੂ। ਸੋ ਇਸ ਤਰ੍ਹਾਂ ਹੀ ਹੁੰਦਾ ਰਹੇ, ਇੱਕ ਭਰਾ ਦੇ ਦੂਜਾ ਭਰਾ ਕੰਮ ਆਵੇ, ਮੈਂ ਵੀ ਇਹੀ ਚੀਜ਼ ਚਾਹੁੰਦਾ ਵਾਂ, ਅੱਜ ਮੇਰੇ ਕੋਈ ਮਾਇਆ ਨਹੀਂ ਲੱਗੀ, ਅੱਜ ਤੁਹਾਡੀ ਮਾਇਆ ਦੇ ਨਾਲ ਹੀ ਸਾਰੇ ਕਾਰਜ ਹੋ ਗਿਆ। ਸੋ ਇਸ ਤਰ੍ਹਾਂ ਹੀ ਅਗਰ ਕੋਈ ਇੱਕ ਸਿੱਖ ਦੂਜੇ ਦੇ ਕੰਮ ਆਵੇ ਨਾ, ਬਹੁਤ ਸੋਹਣੀ ਗੱਲ, ਇੱਕ ਪੰਜਾਬੀ ਦੂਜੇ ਪੰਜਾਬੀ ਦੇ ਕੰਮ ਆਵੇ, ਰੋਟੀ ਲੱਗ ਜਾਂਦੀ, ਦਾਣ ਨਾ ਦਿਓ, ਇੱਕ ਦੂਜੇ ਨੂੰ ਕੰਮ ਦਿਓ, ਇਹ ਚੀਜ਼ਾਂ।